हाथ में मैं फाड़ लिया, मुझे दाग था भाई उन हाथ को खोलिया, दूसरे ने गोली चला दी, फिर दूसरे ने गोली चला दी, भज गए पिछले गोली। जी वारदात हुई किन्ने क टाइम सी वारदात? टाइम होना भी कोई साढ़े घंटे ਬੰਦਾ ਖੋਲਣ ਲੱਗ ਪਏ। ਅੱਛਾ ਖੋਲਣ ਲੱਗ ਪਏ, ਅਸੀਂ ਕਹਿ ਗਏ ਉਹਨਾਂ ਨੂੰ ਠੀਕ ਹੈ, ਫਿਰ ਉਹਦੀ ਉਹ ਨੱਠਣ ਲੱਗੇ, ਜਿਹਦੀ ਅਸੀਂ ਉਹਨਾਂ ਨੱਠਣੇ ਫੜਨ ਲੱਗੇ ਨਾ ਜੀ, ਇੱਕ ਜਣਾ ਡੇ ਕੇ ਉਹਨੂੰ ਫੜਨ ਲੱਗੇ, ਸਾਨੂੰ ਕਹਿੰਦੇ ਇੱਕ ਕਹਿੰਦਾ ਗੋਲੀ ਚਲਾ ਦੇ। ਅੱਛਾ ਉਹਨੂੰ ਗੋਲੀ ਚਲਾ ਤੀ, ਉਹ ਮੁੰਡੇ ਦੇ ਫੜਨ ਲੱਗੇ ਇੱਥੇ ਲੱਗ ਗਈ। ਇਹ ਤਸਵੀਰਾਂ ਅਨੰਦਪੁਰ ਦੇ ਪਿੰਡ ਕਲਿੱਤਰਾਂ ਦੀਆਂ ਨੇ, ਜਿੱਥੇ ਕੁਝ ਨੌਜਵਾਨਾਂ ਵੱਲੋਂ ਸ਼ਰਾਬ ਦੇ ਠੇਕੇ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁਝ ਨੌਜਵਾਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਕਸਦ ਦੇ ਨਾਲ ਪੁੱਜੇ ਸਨ, ਪਰੰਤੂ ਜਦੋਂ ਠੇਕੇ ਦੇ ਕਰਿੰਦਿਆਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੇ ਨਾਲ ਬਹਿਸ ਕਰਦਿਆਂ ਹੱਥੋਂ ਪਾਈ ਕੀਤੀ ਗਈ ਤਾਂ ਇਹਨਾਂ ਨੌਜਵਾਨਾਂ ਵੱਲੋਂ ਇੱਕ ਨੇ ਗੋਲੀ ਚਲਾ ਦਿੱਤੀ, ਜੋ ਕਿ ਠੇਕੇ ਦੇ ਇੱਕ ਕਰਿੰਦੇ ਦੇ ਪੱਟ ਵਿੱਚ ਲੱਗੀ, ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ। ਗੇਟ ਖੁੱਲ੍ਹਣ ਪਹਿਲਾਂ ਉਹ ਆਏ ਤੇ ਮੀਂਹ ਪੈਣ ਲੱਗ ਪਿਆ ਸੀਗਾ, ਅੰਦਰ ਬਹਿ ਜਾਓ ਅੰਦਰ ਕਮਰੇ 'ਚ, ਖੜ੍ਹੇ ਦੋ ਤਿੰਨ ਵਾਰ ਗਿਆ ਸੀ ਖੜ੍ਹੇ ਰਹੇ, ਉਹਦੇ ਬਾਅਦ ਕੁੰਡਾ ਖੋਲ੍ਹਣ ਲੱਗੇ, ਕੁੰਡਾ ਖੋਲ੍ਹਿਆ ਉਹਨੇ, ਇੱਕ ਨੂੰ ਮੈਨੂੰ ਹੱਥ ਪਾਇਆ ਮੈਂ ਫੜ ਲਿਆ, ਉਹਦਾ ਦਾਗ ਦਾ ਪਾਇਆ ਉਹਨੂੰ ਹੱਥ, ਉਹ ਖੋਲ੍ਹਿਆ, ਦੂਸਰੇ ਨੇ ਗੋਲੀ ਚਲਾ ਦਿੱਤੀ, ਫਿਰ ਦੂਸਰੇ ਨੇ ਗੋਲੀ ਚਲਾ ਦਿੱਤੀ, ਭੱਜ ਗਿਆ ਪਿੱਛੇ ਗੋਲੀ, ਮੂੰਹ ਟੱਕੇ ਵੇ ਮੂੰਹ ਪਛਾਣ ਲਿਆ ਤਾਂ ਮੈਂ। ਕਿੰਨੇ ਬੰਦੇ ਦੇ? ਤਿੰਨ ਬੰਦੇ ਦੇ। ਟਾਈਮ ਉੱਧਰੋਂ ਆਏ ਨਾ ਤਿੰਨੇ ਮੋਟਰਸਾਈਕਲ ਪਰ, ਠੀਕ ਹੈ, ਬਾਰਿਸ਼ ਲੱਗੀ ਸੀ ਜਿਸ ਟਾਈਮ ਜੀ, ਕੁਛ ਟਾਈਮ ਉਹ ਗੇਟ ਮੂਹਰੋਂ ਖੜ੍ਹ ਗਿਆ ਹੈਗਾ, ਗੇਟ ਮੂਹਰੋਂ ਗਾਹਕ ਹੋ ਵੀ ਤਾਂ ਗੇਟ ਮੂਹਰੋਂ ਖੜ੍ਹ ਗਿਆ ਸੀ, ਉਹਨਾਂ ਨੂੰ ਕਿਹਾ ਵੀ ਉੱਧਰ ਠੇਕੇ ਹੱਥੇ 'ਚ ਬਹਿ ਜਾ ਕੇ, ਵੀ ਬਾਰਿਸ਼ ਲੱਗੀ ਵੀ ਕੋਈ ਗੱਲ ਨਹੀਂ, ਇੱਥੇ ਥੋੜ੍ਹੀ ਬਾਅਦ 'ਚ ਲੈ ਜਾਓ, ਉਹ ਇੱਦੀ ਬੈਠਦੇ, ਜਿਸ ਟਾਈਮ ਉਹਨੂੰ ਦੇਖਿਆ ਵੀ ਗਾਹਕ ਚੱਲ ਗਿਆ, ਉਹ ਟਾਈਮ ਨਹੀਂ ਕੁੰਡਾ ਖੋਲ੍ਹਣ ਲੱਗ ਪਏ, ਕੁੰਡਾ ਖੋਲ੍ਹਣ ਲੱਗ ਪਏ, ਅਸੀਂ ਪੈ ਗਏ ਉਹਨਾਂ ਕੋਲ, ਠੀਕ ਹੈ, ਫਿਰ ਉਹਦੀ ਉਹ ਨੱਠਣ ਲੱਗੇ, ਜਿਹਦੀ ਅਸੀਂ ਉਹਨਾਂ ਨੱਠਣੇ ਫੜਨ ਲੱਗੇ ਨਾ ਜੀ, ਇੱਕ ਜਣਾ ਡੇ ਕੇ ਉਹਨੂੰ ਫੜਨ ਲੱਗੇ, ਸਾਨੂੰ ਕਹਿੰਦੇ ਇੱਕ ਕਹਿੰਦਾ ਗੋਲੀ ਚਲਾ ਦੇ, ਅੱਛਾ ਗੋਲੀ ਚਲਾ ਤੀ, ਉਹ ਮੁੰਡੇ ਦੇ ਪੱਟ 'ਚ ਇੱਥੇ ਲੱਗ ਗਈ ਪਿੰਨੀ 'ਚ ਗੋਲੀ, ਠੀਕ ਹੈ। ਤੁਸੀਂ ਕੋਈ ਨਾ ਪਰ ਹਮਲਾ ਵੀ ਕੀਤਾ ਤੁਸੀਂ, ਵੀ ਕੋਈ ਆਪਣੇ ਬਚਾਅ ਲਈ, ਡਿਫੈਂਸ ਲਈ? ਹਾਂਜੀ, ਕੋਈ ਬੋਤਲਾਂ ਮਾਰੀਆਂ ਕੁਛ ਮਾਰਿਆ ਉਹਨਾਂ ਦੇ ਨੱਠਣ ਕਰਨ ਲਈ? ਹਾਂ, ਬੋਤਲ ਬੀਅਰ ਦੀ ਖਾਲੀ ਬੋਤਲ ਮਾਰੀ ਉਹਨਾਂ ਦੇ। ਅੱਛਾ, ਫਿਰ ਉਹ ਨੱਠੇ? ਕਿੱਧਰ ਨੱਠੇ ਜੀ ਉਹ? ਆਨੰਦਪੁਰ ਸਾਈਡ ਉਹਨਾਂ? ਕੈਸ਼ ਤਾਂ ਲੈ ਕੇ ਗਏ ਉਹ? ਕੋਈ ਕੈਸ਼ ਨਹੀਂ ਲਿਆ, ਬਚਾਅ ਹੋ ਗਿਆ? ਬਚਾਅ ਹੋ ਗਿਆ। ਕਿੰਨੇ ਫਾਇਰ ਕੀਤੇ ਉਹਨਾਂ ਨੇ? ਇੱਕ ਫਾਇਰ ਜੀ। ਜਿਹੜਾ ਜ਼ਖਮੀ ਹੋਇਆ ਮੁੰਡਾ ਨਾਮ ਕਿਆ? ਇਹਨੂੰ ਪ੍ਰਿੰਸ। ਪ੍ਰਿੰਸ ਕਿੱਥੇ ਦਾ ਵਾਸੀ ਉਹ? ਇਹ ਬਲਾਚੌਰ। ਬਲਾਚੌਰ ਦਾ? ਕਿੰਨੀ ਉਮਰ ਉਹਦੀ? ਇਹ ਜੇ ਘੱਟ ਗਈ 22 ਸਾਲ ਦੀ। ਠੀਕ ਭਾਈ, ਜਿਹੜੀ ਵਾਰਦਾਤ ਹੋਈ ਕਿੰਨੇ ਕੁ ਟਾਈਮ ਸੀਗਾ ਉਸ ਵਾਰਦਾਤ ਦਾ? ਟਾਈਮ ਹੋਣਾ ਜੀ ਕੋਈ 8:30 ਦਾ ਜੀ, 8:30 ਵਜੇ। ਹਲਕੀ ਬਾਰਿਸ਼? ਹਾਂ, ਬਾਰਿਸ਼ ਲੱਗੀ ਸੀ ਉਸ ਟਾਈਮ। ਹਾਂਜੀ, ਹਨੇਰੀ ਹਨੇਰੀ। ਹਾਂਜੀ ਹਾਂਜੀ, ਉਸ ਟਾਈਮ ਉਹ ਆ ਗਿਆ ਨਾ, ਉਸ ਟਾਈਮ ਇੱਥੇ ਖੜ ਗਏ ਉਹਨਾਂ ਨੇ, ਜਿਸ ਟਾਈਮ ਇੱਥੇ ਖੜ ਗਏ ਨਾ ਗੇਟ ਮੂਹਰੇ, ਅਸੀਂ ਉਹਨਾਂ ਨੂੰ ਕਿਹਾ ਵੀ ਬਾਰਿਸ਼ ਲੱਗ ਗਈ, ਤੁਸੀਂ ਉੱਧਰ ਗੈਲੀ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਦੋਂ ਇਸ ਬਾਰੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ। ਮਗਰ ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਕਿਸ ਤਰ੍ਹਾਂ ਬੇਖੌਫ ਲੁਟੇਰੇ ਆਪਣੇ ਕੋਲ ਹਥਿਆਰ ਲੈ ਕੇ ਪੰਜਾਬ 'ਚ ਘੁੰਮ ਰਹੇ ਨੇ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਇਹੋ ਜਿਹੀਆਂ ਘਟਨਾਵਾਂ ਕਾਰਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਅਨੇਕਾਂ ਸਵਾਲ ਖੜ੍ਹੇ ਹੁੰਦੇ ਨੇ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।